ਸਾਨੂੰ ਆਪ ਨਹੀਂ ਪਤਾ ਹੁੰਦਾ ਕੀ ਗਾਉਣਾ ਕੀ ਕਰਨਾ ਆਪ ਹੀ ਕਰ ਦਈਏ ਘਰੇ ਕਰਾਏ ਆਪਣੇ ਆਪ ਕੁਝ ਨਹੀਂ ਮਾਨਸ ਕੇ ਹੱਥ ਮਾਨਸ ਦੇ ਹੱਥ ਕੁਝ ਨਹੀਂ ਹੈ ਜੈ ਮਾਤਾ ਦੀ ਜੀ ਔਰ ਇੱਕ ਵਾਰੀ ਫੇਰ ਬੀਬੀਓ ਹੁਣ ਤਾਂ ਤੁਸੀਂ ਜਾਣਦੇ ਹੋ ਸਾਨੂੰ ਸਾਰੇ ਜਾਣਦੇ ਹੋ ਕਿਉਂਕਿ ਅਸੀਂ ਬੇਨਤੀ ਕਰਦੇ ਹਾਂ ਜਦੋਂ ਵੀ ਸਾਵਣ ਦੇ ਚਾਲੇ ਦੇ ਵਿੱਚ ਆਣਾ ਤਾਂ ਜ਼ਰੂਰ ਲੰਗਰ ਦੇ ਵਿੱਚ ਜ਼ਰੂਰ ਪਹੁੰਚਣਾ ਜੀ ਇੱਕ ਵਾਰੀ ਥੋੜੇ ਥੋੜੇ ਭਾਂਡੇ ਜੂਠੇ ਕਰਿਆ ਬਸ ਸਾਨੂੰ ਉੰਨੀ ਬਹੁਤ ਹੈ ਸਾਨੂੰ ਚਾਹ ਚੜ ਜਾਂਦਾ ਜਦੋਂ ਸਾਡੇ ਏਰੀਏ ਦੀਆਂ ਸਾਡੇ ਆਪਣੇ ਪਿੰਡਾਂ ਦੀਆਂ ਸੰਗਤਾਂ ਜਾਂਦੀਆਂ ਨੇ ਕੋਈ ਇਹ ਨਾ ਸੋਚਿਓ ਵੀ ਉੱਥੇ ਸਾਡੇ ਕੋਲ ਆਪਣੇ ਕੋਲੇ ਪ੍ਰਬੰਧ ਨਹੀਂ ਪ੍ਰਬੰਧ ਬਹੁਤ ਹੁੰਦੇ ਆ ਅਮਾਂ ਦੇ ਸੇਵਾਦਾਰ ਕਹਿੰਦੇ ਜੀ ਇੱਕ ਮਿੰਟ ਕਹਿੰਦੇ ਜੀ ਬਾਬਾ ਜੀ ਅਸੀਂ ਹਰ ਸਾਲ ਤੁਹਾਡੇ ਲੰਗਰ ਤੇ ਅਸੀਂ ਕਿਹਾ ਜੀ ਨਹੀਂ ਸਾਡਾ ਨਹੀਂ ਬਿਲਕੁਲ ਨਹੀਂ ਕਹਿਣਾ ਸਾਡਾ ਨਹੀਂ ਇਹ ਲੰਗਰ ਤੁਹਾਡਾ ਹੈ ਕਹਿੰਦੇ ਜੀ ਜੇ ਸੰਗ ਜ਼ਿਆਦਾ ਹੋਊਗਾ ਨਾ ਅੱਧਾ ਕੁ ਦੂਜੇ ਲੰਗਰ ਤੇ ਅੱਧਾ ਕੁ ਤੁਸੀਂ ਨਹੀਂ ਨਹੀਂ ਇਹ ਵੀ ਨਹੀਂ ਕਰਨਾ ਜਿੰਨਾ ਵੀ ਸੰਗ ਆਊਗਾ ਚਾਹੇ 200 ਲਿਆਇਓ 400 ਲਿਆਇਓ 500 ਲਿਆਇਓ 700 ਲਿਆਇਓ 1000 ਸੰਗਤ ਲਿਆਇਓ ਸਾਰੀ ਬੈਠੂਗੀ ਜੀ ਸਭ ਨੂੰ ਪ੍ਰਬੰਧ ਹੈ ਜੀ ਇਹ ਪ੍ਰਬੰਧ ਇਹ ਤੁਹਾਡੀ ਮਾਇਆ ਜੀ ਅਸੀਂ ਕੁਝ ਨਹੀਂ ਪਾਉਂਦੇ ਅਸੀਂ ਬਾਰ ਬਾਰ ਕਹਿੰਦੇ ਹਾਂ ਕੁਝ ਨਹੀਂ ਪਾਉਂਦੇ ਸਾਡਾ ਨਾਂ ਨਾ ਕਰਿਓ ਜੀ ਔਰ ਜਦੋਂ ਨਗਰ ਦੇ ਤੁਹਾਡੇ ਦਰਾਂ ਦਰਾਂ ਤੇ ਆਉਂਦੇ ਹਨ ਜੀ ਉਦੋਂ ਥੋੜ੍ਹੀ ਜੀ ਆ ਮਾਇਆ ਜ਼ਰੂਰ ਇਹਦੇ ਨਾਲ ਹੀ ਹੈ ਜੀ ਜੈ ਮਾਤਾ ਦੀ ਜੀ